ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਪੇਪਰ ਮਿੱਲ ਦੇ ਕੋਲ ਇੱਕ ਗੰਦਾ ਨਾਲਾ ਸੀ ਤਾਂ ਉਸ ਗੰਦੇ ਨਾਲੇ ਦੇ ਵਿੱਚ ਇੱਕ ਚੀਜ਼ ਪਈ ਦਿਖਾਈ ਦਿੱਤੀ ਤਾਂ ਲੋਕਾਂ ਦੇ ਵੱਲੋਂ ਉਸ ਚੀਜ਼ ਨੂੰ ਦੇਖਿਆ ਗਿਆ ਉਹ ਮਸ਼ੀਨ ਵਰਗੀ ਸੀ ਏਟੀਐਮ ਮਸ਼ੀਨ ਵਰਗੀ ਇੱਕ ਲੋਹੇ ਦੀ ਚੀਜ਼ ਸੀ ਤਾਂ ਲੋਕ ਲਗਾਤਾਰ ਉੱਥੇ ਇਕੱਠਾ ਹੋਣਾ ਸ਼ੁਰੂ ਹੋ ਗਿਆ ਜਦੋਂ ਲੋਕਾਂ ਦੇ ਵੱਲੋਂ ਉਸ ਚੀਜ਼ ਨੂੰ ਦੇਖਿਆ ਗਿਆ ਤਾਂ ਭੀੜ ਆ ਜਿਹੜੀ ਉੱਥੇ ਜਮ੍ਹਾਂ ਹੋ ਗਈ ਅਤੇ ਇੱਕ ਅਫਵਾਹ ਜਿਹੜੀ ਉਹ ਫੈਲ ਜਾਂਦੀ ਹੈ ਕਿ ਇਹ ਏਟੀਐਮ ਮਸ਼ੀਨ ਹੈ ਤਾਂ ਇਸ ਗੱਲ ਦੀ ਅਫਵਾਹ ਨੂੰ ਸੁਣ ਕੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਸਥਾਨਕ ਲੋਕ ਸੀਗੇ ਉੱਥੇ ਜਮ੍ਹਾਂ ਹੋ ਜਾਂਦੇ ਅਤੇ ਪੁਲਿਸ ਨੂੰ ਵੀ ਜਿਹੜੀ ਇਤਲਾਹ ਹੈ ਉਹ ਕੀਤੀ ਜਾਂਦੀ ਆ ਤਾਂ ਪੁਲਿਸ ਹੈ ਜਿਹੜੀ ਮੌਕੇ 'ਤੇ ਪਹੁੰਚਦੀ ਆ ਉਸ ਚੀਜ਼ ਨੂੰ ਦੇਖਦੀ ਆ JCB ਮਸ਼ੀਨ ਬੁਲਾ ਕੇ ਉਸ ਚੀਜ਼ ਨੂੰ ਗੰਦੇ ਨਾਲੇ ਦੇ ਵਿੱਚੋਂ ਕੱਢਿਆ ਜਾਂਦਾ ਅਤੇ ਜਿਸ ਨੂੰ ਜਾਂਚ ਦੇ ਲਈ ਭੇਜ ਦਿੱਤਾ ਜਾਂਦਾ ਤਾਂ ਉੱਥੇ ਹੀ ਪੁਲਿਸ ਦਾ ਕਹਿਣਾ ਕਿ ਅਸੀਂ ਇਸ ਦੀ ਜਾਂਚ ਹੈ ਜਿਹੜੀ ਉਹ ਹਲੇ ਕਰ ਰਹੇ ਹਾਂ ਹਲੇ ਤੱਕ ਪਤਾ ਨਹੀਂ ਲੱਗਿਆ ਵੀ ਇਹ ਕੀ ਚੀਜ਼ ਹੈ ਕੀ ਨਹੀਂ ਪਹਿਲਾਂ ਇਸਦੀ ਸਫਾਈ ਕੀਤੀ ਜਾਵੇਗੀ ਅਤੇ ਬਾਅਦ ਦੇ ਵਿੱਚ ਇਸ ਦੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਜਾਵੇ ਕਿ ਜਿਹੜੀ ਇਹ ਚੀਜ਼ ਆ ਲੋਹੇ ਦੀ ਤਾਂ ਇਹ ਅਸਲ ਦੇ ਵਿੱਚ ਹੈ ਕੀ ਆ ਪਰ ਅਫਵਾਹ ਇਹ ਫੈਲਦੀ ਆ ਕਿ ਇਹ ਇੱਕ ਏਟੀਐਮ ਮਸ਼ੀਨ ਹੈ ਜਿਹੜੀ ਕਿ ਗੰਦੇ ਨਾਲੇ ਦੇ ਵਿੱਚ ਡਿੱਗੀ ਹੋਈ ਸੀ ਤਾਂ ਲੋਕਾਂ ਨੇ ਜਦੋਂ ਦੇਖਿਆ ਤਾਂ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਜਾਂਦੀ ਆ ਸਥਾਨਕ ਲੋਕ ਨੇ ਉੱਥੇ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਆ ਭੀੜ ਆ ਜਿਹੜੀ ਉੱਥੇ ਵੱਧ ਜਾਂਦੀ ਆ ਜਿਸ ਕਰਕੇ ਪੁਲਿਸ ਵੀ ਆ ਜਿਹੜੀ ਮੌਕੇ ਦੇ ਉੱਪਰ ਉੱਥੇ ਪਹੁੰਚ ਜਾਂਦੀ ਆ ਅਤੇ ਬਾਅਦ ਦੇ ਵਿੱਚ ਉਸ ਲੋਹੇ ਵਰਗੀ ਚੀਜ਼ ਨੂੰ ਬਾਹਰ ਕੱਢਿਆ ਜਾਂਦਾ ਉਸ ਨੂੰ ਜਾਂਚ ਦੇ ਲਈ ਭੇਜਿਆ ਜਾਂਦਾ ਤਾਂ ਉੱਥੇ ਹੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਅਸੀਂ ਇਸਦੀ ਜਾਂਚ ਆ ਜਿਹੜੀ ਉਹ ਕਰਾਂਗੇ ਅਤੇ ਬਾਕੀ ਜਾਣਕਾਰੀ ਹੈ ਜਿਹੜੀ ਬਾਅਦ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਕੁਲਵਿੰਦਰ ਸਿੰਘ ਮਾਨ, ਪ੍ਰਧਾਨ ਫਾਰਮ ਗਾਰਡਰ ਕਲੋਨੀ। ਹਾਂਜੀ, ਕੀ ਗੱਲ ਹੋਈ ਜਿਹੜੀ ਇੱਥੇ ਅੱਜ ਨਾਲੇ ਦੇ ਵਿੱਚ ਮਸ਼ੀਨ ਜਿਹੜੀ ਮਿਲੀ? ਇੱਥੇ ਰੌਲਾ ਪਿਆ ਸੀ, ਕੋਈ ਲੋਹੇ ਦੀ ਚੀਜ਼ ਕੋਈ ਸੁੱਟ ਗਿਆ ਵਾ ਅਤੇ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ, ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ, ਹੁਣ ਇਹਨੂੰ ਧੋ ਕੇ ਵੇਖਣਗੇ ਵੀ ਕੀ ਹੈ, ਇਹ ਤੋਂ ਬਾਅਦ ਪਤਾ ਲੱਗੇਗਾ। ਮਸ਼ੀਨ ਬਾਹਰ ਲੱਗੀ ਹੈ, ਨਿਕਲੀ ਹੈ, ਲੱਗਦਾ ਵੀ ਏਟੀਐਮ ਦੀ ਮਸ਼ੀਨ ਜਾਂ ਕੋਈ ਹੋਰ? ਨਹੀਂ, ਕਿਉਂ ਐਤ ਸਾਨੂੰ ਲੱਗਦੀਆਂ ਏਟੀਐਮ ਮਸ਼ੀਨ ਹੀ ਲੱਗਦੀ ਵੇਖਣ ਨੂੰ, ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ। ਜਾਂਚ ਕਰਨੀ ਪਈ ਇਹਨੂੰ, ਕੱਢਣਾ JCB ਮੰਗਾਉਣੀ ਪਈ ਆ, ਬੰਦਿਆਂ ਨੇ ਜਾ ਕੇ ਥੱਲਿਓਂ ਰੱਸਾ ਪਾਇਆ ਵਾ, ਫਿਰ ਮੁੜ ਕੇ ਨਿਕਲੀ ਬਾਹਰ, ਹੁਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਇਹਦੇ ਵਿੱਚ। ਠੀਕ ਹੈ, ਹਾਂਜੀ ਸੂਚਨਾ ਮਿਲੀ ਸੀ ਕੋਈ ਲੋਹੇ ਦਾ ਸਮਾਨ ਹੈ, ਕੋਈ ਮਸ਼ੀਨ ਟਾਈਪ ਕੋਈ ਹੈਗੀ ਆ, ਏਟੀਐਮ ਮਸ਼ੀਨ ਟਾਈਪ ਹੈਗੀ ਆ, ਪਰ ਹੁਣ ਕੱਢੀ ਆ ਬਾਹਰ, ਹੁਣ ਖੋਲ੍ਹ ਕੇ ਚੈੱਕ ਕਰਦੇ ਹਾਂ, ਕਲੀਅਰ ਨਹੀਂ ਹੋਇਆ ਕਿ ਏਟੀਐਮ ਹੈਗਾ ਕਿ ਨਹੀਂ ਹੈ। ਹਾਂਜੀ ਹਾਂਜੀ, ਗੱਲ ਕਲੀਅਰ ਕਿੰਨੀ ਕੀ ਕਰਨੀ ਪਈ ਇਹਨੂੰ ਕੱਢਣ ਲਈ? ਬੜੀ ਮੁਸ਼ਕਲ, ਤੁਹਾਨੂੰ ਪਤਾ ਉਹ ਤਾਂ ਹੈ ਹੀ, ਬੰਦਾ ਫੜਿਆ ਗਿਆ ਕੋਈ? ਨਹੀਂ, ਬੰਦਾ ਨਹੀਂ ਹਾਲੇ ਕੋਈ ਵੀ। ਅੱਛਾ ਵੀਰ ਜੀ, ਕਿੰਨਾ ਟਾਈਮ ਲੱਗਾ ਵਾ, ਕਿੰਨੀ ਦੇਰ ਪਹਿਲੇ ਤੁਹਾਨੂੰ ਪਤਾ ਲੱਗਾ ਸੀ ਅਤੇ ਕਦੋਂ ਆਪਾਂ ਕੱਢੀ ਆ, ਕਿੰਨੀ ਦੇਰ, ਕਿੰਨਾ ਟਾਈਮ ਲੱਗ ਗਿਆ? ਘੰਟਾ, ਡੇਢ ਘੰਟਾ ਤਾਂ ਲੱਗ ਹੀ ਗਿਆ ਜੀ। ਇਨਫੋਰਮੇਸ਼ਨ ਕਿਹਨੇ ਦਿੱਤੀ? ਗੁਪਤ ਸੂਚਨਾ ਸੀ? ਗੁਪਤ ਸੂਚਨਾ, ਗੁਪਤ ਸੂਚਨਾ ਦਿੱਤੀ ਗਈ। ਤਾਂ ਹੁਣ ਅਗਲੀ ਕਾਰਵਾਈ ਕੀ ਹੈ? ਜੋ ਬੰਦੇ ਕਰ ਜਾਂਚ ਕਰਦੇ ਆ, ਪਹਿਲਾਂ ਵੇਖਦੇ ਕੀ ਹੈਗਾ, ਬਸ ਜੋ ਹੋਏਗਾ ਉਹ ਸਭ ਨਾਲ ਕਰਾਂਗੇ। ਇੱਥੋਂ ਲੈ ਕੇ ਚੱਲੇ ਹੁਣ? ਬਿਲਕੁਲ।